ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਪੁਲਿਸ ਪਿਛਲੇ ਕਾਫੀ ਦਿਨਾਂ ਤੋਂ ਕਈ ਗੰਭੀਰ ਮੁੱਦਿਆਂ ਨੂੰ ਲੈ ਕੇ ਸਵਾਲੀਆ ਨਿਸ਼ਾਨ ਉਹਨਾਂ ਦੀ ਕਾਰਗੁਜ਼ਾਰੀ ਤੇ ਲੱਗ ਰਹੇ ਹਨ। ਪੰਜਾਬ ਦੇ ਗ੍ਰਹਿ ਮੰਤਰੀ ਸਸਖਵੀਰ ਸਿੰਘ ਬਾਦਲ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਆਧੁਨਿਕ ਹਥਿਆਰਾਂ ਦੇ ਨਾਲ ਜਿਹੜਾ ਹੈਗਾ ਲੈਸ ਕੀਤਾ ਜਾ ਰਿਹਾ ਹੈ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਿਹੜੀ ਨੈਤਿਕਤਾ ਹੈਗੀ ਆ ਕਿਸੇ ਹਥਿਆਰਾਂ ਦੀ ਦੁਕਾਨ ਤੋਂ ਮਿਲ ਸਕਦੀ ਹੈ? ਇਹ ਨਹੀਂ ਹੈ ਕਿ ਪੰਜਾਬ ਪੁਲਿਸ ਦੇ ਅੰਦਰ ਵੀ ਐਦਾਂ ਦੀ ਚੰਗੀ ਕਾਰਗੁਜ਼ਾਰੀ ਵਾਲੇ ਲੋਕ ਨਹੀਂ ਹੋਣਗੇ। ਪਰ ਪਿਛਲੇ ਦਿਨਾਂ ਦੇ ਅੰਦਰ ਜਿਹੜੇ ਕਈ ਸਵਾਲ ਉੱਠੇ ਐ ਉਹਨਾਂ ਦੀ ਸਮੁੱਚੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਹੋ ਗਿਆ ਪਠਾਨਕੋਟ ਤੇ دہشت گردਾਂ ਦੇ ਹਮਲੇ ਦੀ ਗੱਲ ਲੈ ਲਓ ਇੱਕ ਐਸਐਸਪੀ ਨੂੰ ਦੇਹ ਦੀਆਂ ਸੁਰੱਖਿਆ ਏਜੰਸੀਆਂ ਪਿਛਲੇ ਕਈ ਹਫ਼ਤਿਆਂ ਤੋਂ ਇਸ ਤਰ੍ਹਾਂ ਮੰਧੋਲ ਰਹੀਆਂ ਜਿਵੇਂ ਸ਼ਿਕਾਰੀ ਖਰਗੋਸ਼ ਨੂੰ ਮੰਧੋਲਦਾ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਅਮਰਸਰ ਦੀ ਇੱਕ ਅਦਾਲਤ ਨੇ ਸਾਬਕਾ ਐਸਐਸਪੀ ਨੂੰ ਮੋੜ ਸਮਨ ਕੀਤਾ ਕਿਉਂ ਕਿ ਪੰਜ ਜੀਆਂ ਦੀ ਜਿਹੜੀ ਖੁਦਕੁਸ਼ੀ ਆ ਉਹਦੇ ਚ ਉਹਦੇ ਨਾਮ ਨਾਲ ਆ ਕੇ ਜੁੜ ਗਿਆ ਕੀ ਪੰਜਾਬ ਦਾ ਜਿਹੜਾ ਬਾਰਡਰ ਹੈ ਸਰਹੱਦ ਦੇ ਨਾਲ ਜਿਹੜਾ ਪਾਕਿਸਤਾਨ ਨਾਲ ਲੱਗਦਾ ਹੈ ਉਹਦੇ ਚੱਪੇ-ਚੱਪੇ ਤੇ ਬੀਐਸਐਫ ਤਾਇਨਾਤ ਕਰ ਦਿੱਤੀ ਜਾਵੇ ਤਾਂ ਪੰਜਾਬ ਦੇ ਅੰਦਰੋਂ ਡਰਗ ਖਤਮ ਹੋ ਸਕਦੀ ਹੈ ਪੰਜਾਬ ਪੁਲਿਸ ਦਾ ਚਿਹਰਾ ਮਸਕਰਾਉਣ ਵਾਲਾ ਕਿਉਂ ਨਹੀਂ ਹੋ ਸਕਦਾ ਇਨਾਂ ਸਾਰੇ ਮੁੱਦਿਆਂ ਤੇ ਚਰਚਾ ਚ ਜਿਹੜੇ ਮੇਰੇ ਨਾਲ ਵਿਸ਼ੇਸ਼ ਮਹਿਮਾਨ ਅੱਜ ਹਾਜ਼ਰ ਨੇ ਸਾਹ ਕਲਵੀਰ ਸਿੰਘ ਸਿੱਧੂ ਸੀਨੀਅਰ ਆਈਐਸ ਅਫਸਰ ਹੈ ਔਰ ਜਿਹਦਾ ਪੰਜਾਬ ਦੀ ਸੇਵਾ ਚ ਲੰਮਾ ਤਜਰਬਾ ਹੈ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਸਾਡੇ ਨਾਲ ਦੂਜੇ ਜਿਹੜੇ ਵਿਸ਼ੇਸ਼ ਮਹਿਮਾਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਦਾ ਹਨੀ ਤੇ ਸਮਾਜਿਕ ਸਰੋਕਾਰਾਂ ਚ ਵੀ ਆਪਣੀ ਇੱਕ ਹਾਰਦ ਰੱਖਦੇ ਆ ਸਾਧ ਤਲੋਚਨ ਸਿੰਘ ਚੰਡੀਗੜ੍ਹ ਦੇ ਸੀਨੀਅਰ ਜਰਨਲਿਸਟ ਜਿਹੜੇ ਕਿ ਆਪਣੇ profession ਦੇ ਅੰਦਰ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਰੱਖਦੇ ਮੈਂ ਤਿੰਨ ਹੀ ਮਹਿਮਾਨਾਂ ਨੂੰ ਜਿੱਥੇ ਜੀ ਆਖਦਾ ਉਥੇ ਲਾਲਪੁਰਾ ਸਾਹਿਬ ਜਦੋਂ ਆਪਾਂ ਇਸ ਸੈਸਰੇ ਤੇ ਗੱਲਬਾਤ ਸ਼ੁਰੂ ਕਰਨ ਲੱਗਦੇ ਆ ਜਿਹੜੀ ਮੈਂ ਗੱਲ ਸ਼ੁਰੂ ਜੀ ਕੀਤੀ ਹੈ ਕਿ ਆਕਰ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਹੈ ਲਗਾਤਾਰ ਉਹਦੇ ਤੇ ਸਵਾਲੀਆ ਨਿਸ਼ਾਨ ਕਿਉਂ ਲੱਗਦੇ ਆ ਰਹੇ ਪੁਲਿਸ ਨੂੰ ਕਿਸੇ ਨੇ ਸੀਰੀਅਸਲੀ ਸੁਧਾਰਨ ਦਾ ਯਤਨ ਨਹੀਂ ਕੀਤਾ ਜੀ ਪਹਿਲੀ ਗੱਲ ਇਹ ਆ ਕਿ ਇਹ ਮਸਲਾ ਅਦਾਲਤਾਂ ਚ ਵੀ ਗਿਆ ਸੁਪਰੀਮ ਕੋਰਟ ਤੱਕ ਗਿਆ ਲੇਕਿਨ ਇਹ ਪੁਲਿਸ ਕਿੱਥੋਂ ਸ਼ੁਰੂ ਹੋਈ ਕਿਵੇਂ ਇਹ ਉਹਨਾਂ ਨੇ ਅੰਗਰੇਜ਼ਾਂ ਨੇ ਇਹਨੂੰ ਚਲਾਇਆ ਜੀ ਔਰ ਕਿੱਥੇ ਖਰਾਬੀ ਆ ਗਈ ਗੱਲ ਤਾਂ ਖਰਾਬੀ ਦੂਰ ਕਰਨ ਦੀ ਸੀ ਜੇ ਅਸੀਂ ਦੇਖੀਏ ਪੁਲਿਸ ਦੇ ਬਾਰੇ ਅੰਗਰੇਜ਼ ਕੀ ਲਿਖਦਾ ਹੈ ਅੰਗਰੇਜ਼ ਤਾਂ ਕਹਿੰਦਾ ਹੈ ਕਿ ਪੁਲਿਸ ਜਿਹੜੀ ਹੈ ਇਟ ਇਜ਼ ਦੀ ਪ੍ਰਾਇਮਰੀ ਰਿਸਪੋਨਸੀਬਿਲਟੀ ਆਫ ਆਲ ਲਾ ਵਾਈਡਿੰਗ ਸਿਟੀਜ਼ ਟੂ ਅਰੈਸਟ ਕ੍ਰਿਮੀਨਲ ਐਂਡ ਮੇਨਟੇਨ ਲਾ ਐਂਡ ਆਰਡਰ ਇਨ देयर ਏਰੀਆ ਜੇ ਦੀ ਪੁਲਿਸ ਅਫਸਰ ਆਫ ਵਾਟ ਏਵਰ ਰੈਂਕ ਹਾਂਜੀ ਇਸ ਟੂ ਬੀ ਰਿਗਾਰਡਡ ਐਜ਼ ਅ ਵਾਈਜ਼ ਐਂਡ ਇੰਪਾਰਸ਼ੀਅਲ ਫਰੈਂਡ ਵਾਈਜ਼ ਐਂਡ ਇੰਪਾਰਸ਼ੀਅਲ ਫਰੈਂਡ ਐਂਡ ਅ ਪ੍ਰੋਟੈਕਟਰ ਅਗੇਂਸਟ ਇੰਜਰੀ ਟੂ ਪਰਸਨ ਪਰਸਨ ਐਂਡ ਪ੍ਰਾਪਰਟੀ ਉਹ ਹੋਣਾ ਚਾਹੀਦਾ ਹੁਣ ਲਲਵਰ ਸਰ ਇਹ ਡੀ ਤੋਂ ਕਿਉਂ ਥੜ ਕੇ ਗਿਆ ਸਾਰਾ ਸلسلਾ ਲੀ ਤੋਂ ਇਸ ਕਰਕੇ ਥੜ ਗਿਆ ਕਿ ਅਸੀਂ ਆਪਣੇ ਦੇਸ਼ ਦੇ ਬਣਾਏ ਹੋਏ ਕਾਇਦੇ ਕਾਨੂੰਨ ਆਪਣੇ ਵੱਲੋਂ ਬਣਾਏ ਹੋਏ ਕਾਇਦੇ ਕਾਨੂੰਨ ਅਸੈਂਬਲੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਹੀ ਲਾਗੂ ਨਹੀਂ ਕਰਦੇ ਜਿਵੇਂ ਸਾਡੇ ਆਪਣਾ ਸੁਪਰੀਮ ਕੋਰਟ ਦੇ ਵਿੱਚ ਪੁਲਿਸ ਸਦਾਰਾਂ ਦੀ ਗੱਲ ਗਈ ਜੀ ਉਹ ਤੁਹਾਨੂੰ ਫਿਰ ਉਹ ਡਿਟੇਲ ਤੇ ਹੁੰਦੀ ਹੈ ਤੇ ਉਸ ਬਾਅਦ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਸਾਰੀਆਂ ਸਟੇਟਾਂ ਜਿਹੜੀਆਂ ਇਹ ਆਪਣੇ ਆਪਣੇ ਪੁਲਿਸ ਐਕਟ ਬਣਾਉਣ ਓਕੇ ਔਰ ਪੁਲਿਸ ਐਕਟ ਅਖੀਰ ਦੇ ਵਿੱਚ ਜਿਹੜੇ ਚੀਫ ਜਸਤੇ ਸੀ ਸਾਡੇ ਸੁਪਰੀਮ ਕੋਰਟ ਦੇ ਉਹਨਾਂ ਨੇ ਇਹ ਲਿਖਿਆ ਹੈ ਆਰਡਰ ਦੇ ਵਿੱਚ ਕਿ ਜੇ ਸਟੇਟਾ ਹੀ ਨਹੀਂ ਚਾਹੁੰਦੀਆਂ ਸੁਧਾਰ ਕਰਨਾ ਤੇ ਮੈਂ ਕੀ ਕਰ ਸਕਦਾ ਉਹ ਗੇ ਲਾਲਪੁਰਾ ਜੀ ਬੜਾ ਇੰਪੋਰਟੈਂਟ ਇਸ਼ੂ ਆ ਮਾ ਆਉਣਾ ਇਸ ਮੁੱਦੇ ਤੇ ਸਿਰਦਸਾ ਤੁਹਾਡਾ ਵੀ ਬੜਾ ਜਿਹੜਾ ਹੈਗਾ ਪਬਲਿਕ ਸਰਵਿਸ ਦੇ ਚੈਨਾ ਤਜਰਬਾ ਰਿਹਾ ਸੀਨੀਅਰ ਅਫੀਸਰ ਹੁੰਦੇ ਦੇ ਨਾਤੇ ਤੁਸੀਂ ਜ਼ਿਲ੍ਹਿਆਂ ਦੇ ਅੰਦਰ ਡਿਪਟੀ ਕਮਿਸ਼ਨਰ ਦੇ ਤੌਰ ਤੇ ਵੀ ਕੰਮ ਕੀਤਾ ਕੀ ਕਿਲਾ ਪੁਲਿਸ ਦੇ ਕਾਰਨ ਇਹ ਸਾਰਾ ਬੇੜਾਗਰਕ ਹੋ ਰਿਹਾ ਜョ ਉਦੇ ਚ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਆ ਉਹ ਵੀ ਭਾਗੀਦਾਰ ਹੈ ਪਰ ਜਿਸ ਤਰ੍ਹਾਂ ਸੁਰਾਇਕਬਾਲ ਸਿੰਘ ਲਾਲਪੁਰਾ ਨੇ ਗੱਲ ਕੀਤੀ ਹੈ ਕਿ ਪੁਲਿਸ ਜਦੋਂ ਫੋਰਸ ਸਟੈਬਲਿਸ਼ ਹੋਈ ਹੈ ਤਾਂ ਅੰਗਰੇਜ਼ ਨੇ ਉਦੋਂ ਇਸ ਨੂੰ ਸਿਵਲ ਐਡਮਿਨਿਸਟ੍ਰੇਸ਼ਨ ਦਾ 파ਟ ਬਣਾਇਆ ਸੀ ਜੀ ਸਿਵਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਡੀਐਮ ਡਿਸਟਿੰਗ ਮੈਜਿਸਟ੍ਰੇਟ ਤੇ ਉਸ ਦਾ 파ਟ ਪੁਲਿਸ ਇੱਕ ਹੋ ਗਿਆ ਤੇ ਜਿਹੜੇ ਜਨਰਲ ਵੈਲਫੇਅਰ ਡਿਪਾਰਟਮੈਂਟਸ ਹਨ ਉਹ ਉਸ ਦਾ ਸਿਵਲ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਸੀ ਜੀ ਜੀ ਜਦੋਂ ਤੁਸੀਂ ਇਹ ਗੱਲ ਜਿਹੜੀ ਕਰਨੀ ਕਰਨ ਜਾ ਰਹੇ ਹੋ ਤਾਂ ਉਸ ਤੋਂ ਮੈਨੂੰ ਜ਼ਾਹਰ ਹੋ ਰਿਹਾ ਹੈ ਕਿ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਡੀ ਜਨਰੇਸ਼ਨ ਕਿਉਂ ਹੋਈ ਯੈਸ ਤਾਂ ਡੀ ਜਨਰੇਸ਼ਨ ਸਾਡੇ ਸਮਾਜ ਦੇ ਵਿੱਚ ਹੀ ਹੋਈ ਸਾਡੇ ਨਿੱਜੀ ਕਿਰਦਾਰ ਵਿੱਚ ਹੀ ਹੋਈ ਤਾਂ ਸਾਡੇ ਸਮਾਜ ਤੋਂ ਹੀ ਸਾਡੇ ਲੀਡਰਾਂ ਦੇ ਅੱਗੇ ਜਾਣਾ ਸਾਡੇ ਸਮਾਜ ਤੋਂ ਹੀ ਅਸਰਾਂ ਨੇ ਬਣਨਾ ਤੇ ਜਦੋਂ ਆਵਾ ਹੀ ਉੱਠ ਜੇ ਤਾਂ ਫਿਰ ਆਪਣੀ ਚਰਚਾ ਚੱਲਦੀ ਰਹੇਗੀ ਪਰ ਮੈਂ ਇਸ ਨੂੰ ਇਸ ਤਰ੍ਹਾਂ ਪੁੱਟ ਕਰਾਂਗਾ ਕਿ ਅੰਗਰੇਜ਼ ਸੱਤ ਬਗਾਨਾ ਸੀ ਗੈਰ ਮੁਲਕੀ ਹਾਕਮ ਹੁਕਮਰਾਨ ਸੀ ਜੀ ਜੀ ਪਰ ਉਸ ਨੇ ਜਿਹੜੇ ਸਿਵਲ ਐਡਮਿਨਿਸਟ੍ਰੇਸ਼ਨ ਬਣਾਈ ਸੀ ਉਹਦੇ ਆਪਣੇ ਇੰਟਰਸਟਾਂ ਦੀ ਪੂਰਤੀ ਰੈਵਨਿਊ ਕਲੈਕਸ਼ਨ ਜਿਹੜਾ ਡੀਸੀ ਦਾ ਰੁਤਬਾ ਕਲੈਕਟਰ ਦਾ ਪੁਲਿਸ ਨੂੰ ਉਹਨੇ ਪੁਲਿਸਿੰਗ ਤੇ ਸਿਕਿਉਰਿਟੀ ਵਾਸਤੇ ਸੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਰੱਖਿਆ ਸੀ ਤਾਂ ਕਿਤੇ ਨਾ ਕਿਤੇ ਐਟ ਦਿ ਬੈਕ ਆਫ ਇਟ ਵੈਲਫੇਅਰ ਕਨਸੈਪਟ ਆਫ ਦਿਸ ਸਟੇਟ ਸੀ ਚਲਦੇ ਚਲਦੇ ਅਸੀਂ ਆਪਣੇ ਲੋਕਤੰਤਰ ਨੂੰ ਰਾਜਤੰਤਰ ਤੋਂ ਨਿਹਾਉਂਦੇ ਹੋਏ ਹੁਣ ਗੱਲ ਇਹ ਹੈ ਕਿ ਜਾਣਾ تھا ਚੀਨ ਪਹੁੰਚ ਗਿਆ ਜਾਪਾਨ ਸਮਝੇ ਨਾ ਇੱਕ ਫਿਲਮ ਦਾ ਗਾਣਾ ਸੀ ਤੇ ਉਹ ਇੱਥੇ ਵੀ ਢੋਕਦਾ ਅਸੀਂ ਲੋਕਤੰਤਰ ਤੋਂ ਚੱਲ ਕੇ ਰਾਜਤੰਤਰ ਦੇ ਰਾਹੀਂ ਡੈਂਗੋਕ੍ਰੇਸੀ ਤੱਕ ਆ ਗਏ ਤੇ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਸੀ ਜਿਸ ਚੇ ਆਈਐਸ ਵੀ ਆਉਂਦੇ ਮੇ ਵੀ ਆਣ ਤੇ ਅਸੀਂ ਉੱਥੇ ਵੈਲਫੇਅਰ ਕਨਸੈਪਟ ਤੋਂ ਪਹਿਲਾਂ ਪਾਰਟੀ ਵੈਲਫੇਅਰ ਲਈ ਤੁਰਨ ਲੱਗ ਪਏ। ਉਹ ਕਿ ਪੋਲਟਿਸਾਈਜੇਸ਼ਨ ਹੋ ਗਿਆ। ਸਿੱਧਾ ਜਿਹੜਾ ਹੈ ਵੈਲਫੇਅਰ ਜਦੋਂ ਸਟੇਟ ਦੀ ਗੱਲ ਕਰਦੇ ਆਂ ਨਿਜੀਤਾਂ ਦੀ ਗੱਲ ਕਰਦੇ ਆਂ। ਮੈਂ ਇਸ ਮੁੱਦੇ ਤੇ ਤੁਹਾਡੇ ਵੱਲੋਂ ਵਾਪਸ ਹੋਣਾ ਤਰਲੋਸ਼ਨ ਜੀ ਪੀਂਗੇ ਜਨਰਲ ਜਦੋਂ ਆਪਾਂ ਦੇਖਦੇ ਆਂ ਜਿਹੜੀ ਪੁਲਿਸ ਦੇ ਅੰਦਰ ਜਿਹੜਾ ਹੁਣ ਪਿਛਲੇ ਦਿਨਾਂ 'ਚ ਖਾਸ ਤੌਰ 'ਤੇ ਜਿਹੜਾ ਮੈਂ ਸ਼ੁਰੂ ਦੇ ਵਿੱਚ ਆਪਣੇ ਕਮੈਂਟਸ 'ਚ ਵੀ ਇਹ ਗੱਲ ਕਹੀ ਹੈ ਕਿਉਂ ਪੁਲਿਸ ਜਿਹੜੀ ਹੈਗੀ ਆ ਆਖਰ ਉਹਦੇ ਤੇ ਸਵਾਲੀਆ ਨਿਸ਼ਾਨ ਉੱਠਣੇ ਸ਼ੁਰੂ ਹੋਏ ਆ। ਸਿੱਧੂ ਸਾਹਿਬ ਪੁਲਿਸ ਕਿਸੇ ਵੀ ਸਟੇਟ ਦਾ ਕਿਸੇ ਵੀ ਕੰਟਰੀ ਦਾ ਇਕ ਇਦਾਂ ਦਾ ਧੁਰਾ ਹੁੰਦਾ ਹੈ ਜਿਹਦੇ ਆਲੇ ਦੁਆਰੇ ਸ਼ਰੀਫ ਬੰਦਾ ਵੀ ਘੁੰਮਦਾ ਤੇ ਜਿਹੜਾ ਕ੍ਰਿਮਨਲ ਉਹ ਵੀ ਘੁੰਮਦਾ ਹੈ ਪਰ ਇਹ ਪੰਜਾਬ ਦਾ ਦੁਖਾਂਤ ਹੈ ਪਤਾ ਨਹੀਂ ਕਿੰਨਾ ਕੁ ਸੱਚ ਹੈ ਜੀ ਪਰ ਦੰਦ ਕਥਾ ਇਹ ਹੈ ਵੀ ਜਿਹੜੇ ਥਾਣੇ ਨੇ ਉਹ ਜਥੇਦਾਰਾਂ ਦੇ ਕਹਿਣ ਤੇ ਚੱਲਦੇ ਨੇ ਜਿਹੜੇ ਐਸ ਐਚਓ ਨੇ ਉਹ ਕਨਸਰਨਡ ਐਮ ਐਲ ਏ ਕਨਸਰਨਡ ਮੰਤਰੀਆਂ ਤੇ ਕਨਸਰਨਡ ਜਿਹੜੇ ਪੋਲੀਟੀਕਲ ਲੀਡਰ ਨੇ ਸੰਬੰਧਿਤ ਏਰੀਆ ਦੇ ਉਹਨਾਂ ਦੇ ਕਹਿਣ ਤੇ ਅਪੁਆਇੰਟ ਹੁੰਦੇ ਨੇ ਜੀ ਜੀ ਔਰ ਉਸ ਤੋਂ ਵੱਡਾ ਦੁਖਾਂਤ ਇਹ ਹੈ ਵੀ ਪੰਜਾਬ ਚ ਸਾਰੇ ਮਾਫੀਆ ਦਾ ਹੀ ਬੜਾ ਜੋਰ ਹੈ ਪਤਾ ਨਹੀਂ ਇਹ ਵੀ ਕਿੰਨਾ ਕੁ ਸੱਚ ਹੈ ਬਹੁਤ ਘੱਟ ਸੁਣਿਆ ਸੀ ਪਰ ਹੈ ਚਰਚਾ ਚ ਹੈ ਸਰ ਜੀ ਸੁਣਿਆ ਸੀ ਡਰੱਗ ਮਾਫੀਆ ਹੁੰਦਾ ਜੀ ਫਿਰ ਆ ਗਿਆ ਵੀ ਰੇਤ ਮਾਤੀਆ ਮਾਫੀਆ ਵੀ ਹੈ ਇਸ ਤੋਂ ਬਾਅਦ ਕੇਬਲ ਮਾਫੀਆ ਆ ਗਿਆ ਇਸ ਤੋਂ ਬਾਅਦ ਹੋਰ ਕਈ ਮਾਫੀਆ ਨਾਲ ਜੁੜ ਰਹੇ ਨੇ ਸੋ ਮੈਂ ਤੁਹਾਨੂੰ ਟੋਕ ਕੇ ਕਹਿ ਰਿਹਾ ਕਿ ਸ਼ਾਇਦ ਜਦੋਂ ਤੁਸੀਂ profession 'ਚ ਆਏ ਹੋਵੋਗੇ ਉਦੋਂ ਸ਼ਾਇਦ ਮਾਫੀਆ ਵਾਟ ਨਹੀਂ ਸੁਣੀ ਨਹੀਂ ਹੋਈ ਕਿ ਮੈਂ ਉਹੀ ਗੱਲ ਕਹਿੰਦਾ ਸੁਣਿਆ ਨਹੀਂ ਸੀ ਸੋ ਇਹ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਇਹ ਹੈ ਵੀ ਜਦੋਂ ਇੱਕ ਐਸਐਚਓ ਕੋਲ ਕੋਈ ਕੰਪਲੇਂਟ ਆਏਗੀ ਉਹ ਐਸਐਚਓ ਕਨਸਰਨਡ ਏਰੀਆ ਦੇ ਐਮਐਲਏ ਕਨਸਰਨਡ ਏਰੀਏ ਦੇ ਜ਼ਥੇਦਾਰ ਜਾਂ ਕਿਸੇ ਲੀਡਰ ਦੇ ਕਹਿਣ ਤੇ ਅਪਾਇੰਟ ਹੋਇਆ ਆਊਗਾ ਜੀ ਫਰਜ਼ ਕੀਤਾ ਮੈਂ ਕੰਪਲੇਂਟ ਦਿੰਦੀ ਮੈਂ ਵਿਕਟਮ ਐ ਤੇ ਉਹ ਐਮਐਲਏ ਜਿਹੜਾ ਦੂਸਰੀ ਪਾਰਟੀ ਦੇ ਨਾਲ ਹੋਊਗਾ ਤੇ ਐਸਐਚਓ ਦਾ ਪੈਨ ਕਿਹੜੇ ਪਰਸੇ ਚੱਲੂਗਾ ਦੁਖਾਂਤ ਇਹੀ ਐ ਜਿੰਨਾ ਚਿਰ ਪੰਜਾਬ ਪੁਲਿਸ ਨੂੰ ਆਜ਼ਾਦ ਨਾ ਕੀਤਾ ਗਿਆ ਉਹਨਾਂ ਚਿਰ ਮਾਫੀਆ ਵੀ ਵਧਣ ਫੁੱਲਣਗੇ ਉਹਨਾਂ ਚਿਰ ਬਾਹਰੋਂ ਅਟੈਕ ਵੀ ਹੋਣਗੇ ਉਹਨਾਂ ਚਿਰ ਅੰਦਰੋਂ ਅਟੈਕ ਵੀ ਹੋਣਗੇ ਓਕੇ ਓਕੇ ਲਾਲ ਬ੍ਰਦਰ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਜਿੱਦਾਂ ਆਪਾਂ ਸੁਖਵੀਰ ਦੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਆਧੁਨਿਕ ਹਥਿਆਰਾਂ ਨਾਲ ਪਰ ਤਲੋਸੀ ਜੀ ਦਾ ਕਹਿਣਾ ਕਿ ਜਦ ਤੱਕ ਇਹਨਾਂ ਨੂੰ ਪ੍ਰੋਫੈਸ਼ਨ ਲਾਈਨ ਤੇ ਨਹੀਂ ਲਿਆਵਾਂਗੇ ਉਹਨਾਂ ਦੀ ਮੋਰੈਲਟੀ ਅਕਾਉਂਟੇਬਿਲਟੀ ਨਹੀਂ ਚੈੱਕ ਹੋਏਗੀ ਕੇਵਲ ਆਧੁਨਿਕ ਹਥਿਆਰ ਦੇਣ ਦੇ ਨਾਲ ਜਿਹੜੀ ਪੁਲਿਸ ਹੈ ਸਾਡੀ ਉਹ ਮਾਡਰਨ ਹੋ ਜਾਏਗੀ ਨਹੀਂ ਬਿਲਕੁਲ ਨਹੀਂ ਹੋਏਗੀ ਕਿਉਂਕਿ ਪੁਲਿਸ ਦੀ ਟ੍ਰੇਨਿੰਗ ਉਸ ਦਾ ਮਨੋਬਲ ਨਵੇਂ ਸਤੇ ਪਹਿਲਾਂ ਗੱਲ ਚੱਲ ਰਹੀ ਸੀ ਇਹ ਦੋਵੇਂ ਬਹੁਤ ਜ਼ਰੂਰੀ ਆ ਤੀਜੀ ਗੱਲ ਆ ਜਿਹੜੀ ਆਪ ਜੀ ਨੇ ਕੀਤੀ 1926 ਦੇ ਵਿੱਚ ਪੁਲਿਸ ਕਮਿਸ਼ਨ ਬਣਿਆ ਸੀਗਾ ਆਫ ਲਮਸਡਨ ਉਹਦੇ ਚੇਅਰਮੈਨ ਸੀ ਜੀ ਉਹਨਾਂ ਨੇ ਇੱਕ ਗੱਲ ਲਿਖੀ ਸੀ ਸਾਰੀਆਂ ਗੱਲਾਂ ਤੋਂ ਆ ਕੇ ਕਿ ਜਿਉਂ ਜਿਉਂ ਵਿੱਦਿਆ ਆਈ ਐਜੂਕੇਸ਼ਨ ਆਈ ਜੀ ਜੀ ਅਸੀਂ ਇਮਤਿਹਾਨ ਤਾਂ ਪਾਸ ਕਰਨ ਲੱਗਿਆ ਲੇਕਿਨ ਅਨੁਸ਼ਾਸਨ ਤੇ ਮੋਰਲ ਕੈਰੈਕਟਰ ਸਾਡਾ ਖਤਮ ਹੁੰਦਾ ਜਾ ਰਿਹਾ ਤੇ ਵਿੱਦਿਆ ਦੇ ਇਹ ਤਿੰਨੇ ਅੰਗ ਜਦ ਤੱਕ ਪੂਰੇ ਨਹੀਂ ਹੋਣਗੇ ਤੇ ਇਹ ਕੰਮ ਸਿਰੇ ਅੱਗੇ ਚੱਲ ਨਹੀਂ ਸਕਦਾ ਤੇ ਜਿਹੜਾ ਇਕੱਲਾ ਇਤਿਹਾਸ ਪਾਸ ਕਰ ਲੈਣਾ ਚੰਗੇ ਨੰਬਰ ਲੈ ਲੈਣਾ ਇਹ ਕੋਈ ਪੜਾਈ ਨਹੀਂ ਸੋ ਸਾਡੇ ਜਿਹੜੇ ਨਵੀਂ ਪੀੜੀ ਆ ਰਹੀ ਹੈ ਅਫਸਰਾਂ ਦੀ ਇਹਦੇ 2-3 ਪੜਾਵਾਂ ਦੇ ਵਿੱਚ ਅਸੀਂ ਦੇਖੀਏ ਇੱਕ ਤਾਂ ਜਿਹੜੇ ਅੰਗਰੇਜ਼ਾਂ ਦੇ ਵੇਲੇ ਦੇ ਭੜਤੀ ਸੀ ਉਹ ਸਾਰੇ 80-81 ਚ ਰਿਟਾਇਰ ਹੋ ਗਏ ਉਸ ਤੋਂ ਬਾਅਦ ਪੰਜਾਬ 'ਚ ਹੋ ਗਿਆ ਅਤਵਾਦ ਸ਼ੁਰੂ ਪੰਜਾਬ ਦੇ ਅਤਵਾਦ ਦੇ ਦੌਰਾਨ ਸਿਪਾਈ ਤੋਂ ਲੈ ਕੇ ਜਿਹੜਾ ਵੀ ਸਾਰੇ ਰੈਂਕ ਭਾਵੇਂ ਕੋ ਇੰਸਪੈਕਟਰ ਭਰਤੀ ਹੋਇਆ ਡੀਐਸਪੀ ਭਰਤੀ ਹੋਇਆ ਆਈਪੀਐਸ ਭਰਤੀ ਹੋਇਆ ਕਿਸੇ ਨੇ ਟ੍ਰੇਨਿੰਗ ਹੀ ਨਹੀਂ ਕੀਤੀ ਪੁਲਿਸ ਦਾ ਜਿਹੜਾ ਅਸਲੀ ਕੰਮ ਕਰਨ ਦਾ ਢੰਗ ਹੈ ਜੋ ਅੰਗਰੇਜ਼ ਨੇ ਬਣਾਇਆ ਉਹ ਹੈ ਲੋਕਾਂ ਦਾ ਸਹਿਯੋਗ ਉਹਦੇ ਲਈ ਅੰਗਰੇਜ਼ਾਂ ਨੇ ਬਹੁਤ ਸਾਰੇ ਰੂਲਸ ਬਣਾਏ ਹੋਏ ਆ ਜੀ ਜੀ ਲੇਕਿਨ ਇਹ ਸਾਡੀ ਬਦਕਿਸਮਤੀ ਹੈ ਕਿ ਜਿਹੜੀ ਅਸੀਂ ਹੁਣ ਨਵਾਂ ਜਿਹੜਾ ਅਪਣਾ ਲਿਆ ਤਰੀਕਾ ਉਹ ਬਣਾ ਲਿਆ ਸੀ ਫੌਜ ਵਾਲਾ ਵੀ ਜਿੱਥੇ ਕਬਜ਼ਾ ਕਰੋ ਉੱਥੇ ਝੰਡਾ ਘੜ ਦਿਓ ਔਰ ਉੱਥੇ ਇੱਕ ਚੌਕੀ ਬਿਠਾ ਦਿਓ ਇਹ ਚੌਕੀਆਂ ਵਗੜਾ ਨਹੀਂ ਲੋਕਾਂ ਨੂੰ ਨਾ ਪ੍ਰੋਜੈਕਟ ਜੀ ਨੇ ਕਿਹਾ ਕਿ ਅਸੀਂ ਥਾਣਿਆਂ ਤੇ ਕਬਜ਼ੇ ਕਰ ਲਿਆ ਯਸ ਇਹ ਜਿਹੜੀ ਹੈ ਨਾ ਅਸੀਂ ਪਿੰਡੂ ਹਲਕੇ ਚ ਕਬਜ਼ੇ ਕਰ ਲਏ ਅੱਜ ਪੰਜਾਬ ਦੇ ਵਿੱਚ 407 ਥਾਣੇ ਆ ਕਿਤੇ ਥੋੜੇ ਥੋੜੀ ਹੈ ਇੱਕ ਇੰਨੀਆਂ 117 ਕਨਸਿਸਟੈਂਸੀਆਂ ਹਨ ਤੋਂ ਅਸੀਂ ਦੇਖਿਆ ਕਿ ਇੱਕ ਇੱਕ ਥਾਣੇ ਦੇ ਵਿੱਚ ਅੰਗਰੇਜ਼ ਦੇ 12 ਮੀਲ ਦਾ 25 ਮੀਲ ਦਾ ਏਰੀਆ ਲਿਖਿਆ ਤੇ ਹੁਣ ਤਾਂ ਇੱਕ ਜਿਹੜਾ ਡੀਐਸਪੀ ਦਾ ਹਲਕਾ ਇੱਕ ਐਮਐਲਏ ਸਾਹਿਬ ਦੀ ਮਰਜ਼ੀ ਨਾਲ ਬਣਿਆ ਹੋਇਆ ਹਰ ਕੰਸਟਿਚਨਸੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਥਾਣੇ ਬਣਾਏ ਆ ਤਾਂ ਕਿ ਉਹ ਐਮਐਲਏ ਦੀ ਜਾਂ ਜੇ ਐਮਐਲਏ ਹਾਰ ਵੀ ਗਿਆ ਤੇ ਜਿਹੜਾ ਉਹ ਕੈਂਡੀਡੇਟ ਤੇ ਉਹਨੂੰ ਜਿਹੜਾ ਹਲਕਾ ਇੰਚਾਰਜ ਦਾ ਇੱਕ ਨਵਾਂ ਨਾਂ ਦੇ ਦਿੱਤਾ ਉਹ ਹਲਕਾ ਇੰਚਾਰਜ ਦੀ ਅਜ ਦੀ ਤੀ ਅੱਗੇ ਵਧਾਉਣ ਲਈ ਹੈ ਨਾ ਕਿ ਲੋਕ ਸੇਵਾ ਵਾ ਜੀ ਜੀ ਤੁਹਾਨੂੰ ਲੱਗਦਾ ਕਿ ਪਹਿਲਾਂ ਵਾਲਾ ਸਿਸਟਮ ਰਿਹਾ ਨਹੀਂ ਤੇ ਨਵਾਂ ਕੋਈ ਬਣ ਨਹੀਂ ਸਕਿਆ ਹੁਣ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਨਾ ਮੁੱਦਿਆਂ ਤੇ ਵਾਪਸ ਆਉਨੇ ਆ ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਸਤਿ ਸ੍ਰੀ ਅਕਾਲ ਜੁਦਾ ਬ੍ਰੇਕ ਤੋਂ ਪਹਿਲਾਂ ਚਾਚਾ ਕਾਰਸੀ ਤਿਲੋਚਨ ਜੀ ਨੇ ਖਾਸ ਤੌਰ ਤੇ ਜੜਾਈ ਕਿਸੂਏ ਰੇਸ ਕੀਤਾ ਕਿ ਵੀ ਥਾਣਿਆਂ ਤੇ ਕਬਜ਼ੇ ਥਾਣਿਆਂ ਦੇ ਇੰਚਾਰਜ ਜਿਹੜਾ ਹੈਗਾ ਤੁਸੀਂ ਤਾਂ ਡਿਪਟੀ ਕਮਿਸ਼ਨਰ ਦੇ ਤੌਰ ਤੇ ਵੀ ਲੰਬਾ ਸਮਾਂ ਤੁਹਾਡਾ ਤਜਰਬਾ ਹੈਗਾ ਜਦੋਂ ਇਸ ਤਰ੍ਹਾਂ ਥਾਣੇ ਵਿਕਾਊ ਹੋ ਜਾਣਗੇ ਜਾਂ ਉਹਨਾਂ ਦੀ ਬੁਲੀ ਲੱਗੇਗੀ ਜਾਂ ਉਹਨਾਂ ਦੇ ਇੰਚਾਰਜ ਜਿਹੜੇ ਹੈਗੇ ਆ ਕੋਈ ਹੋਰ ਲੋਕ ਹੋਣਗੇ ਤਾਂ ਕਿਸ ਤਰ੍ਹਾਂ ਦੀਆਂ ਦਿੱਕਤਾਂ ਤੁਸੀਂ ਕੀ ਐਕਸਪੀਰੀਅੰਸ ਹੈ ਤੁਹਾਡਾ ਪਰ ਮੈਂ ਫੇਰ ਉੱਥੇ ਗੱਲ ਕਰਾਂਗਾ ਕਿ ਸਾਰੀ ਇਹ ਜਿਹੜੀ ਲੰਬੀ ਯਾਤਰਾ ਨਾ ਇਹ ਪਬਲਿਕ ਵੈਲਫੇਅਰ ਤੇ ਪਬਲਿਕ ਇੰਟਰਸਟ ਤੋਂ ਥਿਰ ਕੇ ਪਰਸਨਲ ਵੈਲਫੇਅਰ ਐਂਡ ਇੰਟਰਸਟ ਤੇ ਆ ਗਈ ਜੀ ਜਿਹੜੇ ਸਾਡੇ ਪੋਲੀਟੀਕਲ ਲੀਡਰਸ ਨੇ ਇਹਨਾਂ ਨੇ ਸਾਨੂੰ ਇੱਕ ਇਨਸਟਰੂਮੈਂਟ ਬਣਾ ਲਿਆ ਅਸੀਂ ਸੀ ਟੂ ਐਗਜ਼ੀਕਿਊਟ ਦਾ ਲੈਜਿਸਲੇਸ਼ਨ ਵਿਚ ਦੇ ਪਾਸ ਆਉ ਇਨ ਦਾ ਅਸੈਂਬलीज ਜੀ ਜੀ ਉਹਨਾਂ ਵੱਲ ਤਾਂ ਹੁਣ ਇਹਨਾਂ ਦਾ ਧਿਆਨ ਨਹੀਂ ਇਹਨਾਂ ਦਾ ਧਿਆਨ ਹੁਣ ਕੈਰੋਂ ਸਾਹਿਬ ਵੱਲੇ ਤੋਂ ਸੁਣਦੇ ਆ ਕਿ ਉਹਨਾਂ ਦੇ ਕੈਰੋਂ ਸ਼ਾਈ ਦੇ ਵਿੱਚ आर्म ट्विस्टिंगली पुलिस ਨੂੰ ਇੰਨਾ ਇੰਪੋਰਟੈਂਸ ਦਿੱਤੀ ਗਈ ਕਿ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਪਾਰਟ ਖਤਮ ਹੋ ਗਿਆ ਠੀਕ ਠੀਕ ਹੈ ਜੀ ਤਾਂ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਜਵਾਬ ਦੇ ਨਹੀਂ ਤੇ ਜਿਹੜੀ ਕੋਈ ਚੰਗੀ ਮਾੜੀ ਉਸ ਨੂੰ ਡੀਐਮ ਲੋਕਾਂ ਨੂੰ ਜਵਾਬ ਦੇ ਨਹੀਂ ਜਦੋਂ ਕਿ ਸੱਤ ਸਮੁੰਦਰੋਂ ਪਾਰ ਉਹ ਇਸੇ ਸਟੀਮ ਫਰੇਮਵਰਕ ਜਿਹਨੂੰ ਬਿਊਰੋਕ੍ਰੇਸੀ ਕਹਿੰਦੇ ਆ ਇਹਦੇ ਨਾਲ ਬੜਾ ਵਧੀਆ ਰਾਜ ਕਰ ਗਏ ਉਹਨਾਂ ਦੇ ਐਂਗਲ ਤੋਂ ਤੇ ਅਸੀਂ ਹੁਣ ਬੈਂਬੂ ਫਰੇਮ 'ਚ ਆ ਗਏ ਲਿਫਟ ਝੁਗਣ ਆਏ ਤਾਂ ਉਹਦੇ ਵਿੱਚ ਜਿੰਨੀ ਦੇਰ ਅਸੀਂ ਪਰਸਨਲ ਇੰਟਰਸਟ ਤੇ ਵੈਲਫੇਅਰ ਨੂੰ ਅੱਗੇ ਨਹੀਂ ਲਿਆਉਂਦੇ ਨਹੀਂ ਖਤਮ ਕਰਦੇ ਓਨੀ ਦੇਰ ਇਹ ਤੇ ਕੋਈ ਸੁਧਾਰ ਕਰੀ ਚੱਲੋ ਅਸੀਂ ਤੁਸੀਂ ਜਿੱਥੇ ਤੁਹਾਡੇ ਵਰਗੇ ਇਦਾਂ ਦੇ ਡਿਪਟੀ ਕਮਿਸ਼ਨਰ ਤੜਲੇਦਾਰ ਲੋਕ ਜਿਹੜੇ ਬੈਠੇ ਹੋਣਗੇ ਅਫਸਰ ਬੈਠੇ ਹੋਣਗੇ ਕਿ ਉੱਥੇ ਵੀ ਜਿਹੜਾ ਸਹੀ ਟੰਗ ਲ ਐਮਪਲੀਮੈਂਟੇਸ਼ਨ ਦੇ ਪ੍ਰੋਬਲਮ ਆਉਂਦੀ ਹੈ ਨਹੀਂ ਉੱਥੇ ਬਿਲਕੁਲ ਨਹੀਂ ਆਉਂਦੀ ਜੇ ਆਉਂਦੀ ਹੈ ਤੇ ਜਿਹੜਾ ਸਹੀ ਅਫਸਰ ਹੈ ਉਹ ਇਹ ਵੀ ਕਹਿਣ ਦੀ ਜ਼ਰੂਰਤ ਰੱਖਦਾ ਹੋਏ ਵੀ ਮੈਂ ਗਾਂ ਤੇ ਸ਼ੇਰ ਨਹੀਂ ਚੜਾਉਣਾ ਗਾਂ ਨੂੰ ਸ਼ੇਰ ਨਾਲ ਨਹੀਂ ਕਰਾਸ ਕਰਨਾ ਮਤਲਬ ਕਿ ਮੈਂ ਗਰੀਬ ਮਾਰ ਨਹੀਂ ਕਰਨੀ ਤਾਂ ਉਸ ਦੀ ਉਨੀ ਕੁ ਸੁਣਾਈ ਹੁੰਦੀ ਹੈ ਪਰ ਇਹ ਜਿਹੜਾ ਨਾ ਇਹ ਬਹੁਤ ਸੀਮਤ ਹੈ ਇਹ ਮਤਲਬ ਇਹ ਐ ਹੈ ਤਾਂ ਗੱਲ 네ਗੇਟਿਵ ਸਿੰਬਲੀ ਕਿ ਜਿਵੇਂ ਕਣਕ ਚ ਕਾਨਗੈਰੀ ਹੁੰਦੀ ਹੈ ਨਾ ਇਹ ਉਵੇਂ ਹੈ ਕਿਤੇ 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 ਕੋਈ ਹਰਿਆ ਬੂਜਾ ਹੈ ਓਕੇ ਉਹ ਗੱਲ ਖਤਮ ਹੋ ਗਈ ਓਕੇ ਓਕੇ ਤਰੁਜਨ ਜੀ ਜਦੋਂ ਪੁਲਿਸ ਦੀ ਪਰਫਾਰਮੈਂਸ ਦੀ ਜਾਂ ਉਹਨਾਂ ਦੀ ਆਪਾਂ ਮੋਰਲ ਜਿਹੜੀ ਰਿਸਪਾਂਸਿਬਿਲਟੀ ਦੀ ਗੱਲ ਕਰਦੇ ਆ ਅਕਸਰ ਤੁਸੀਂ ਬੀਇੰਗ ਅ ਜਰਨਲਿਸਟ ਤੁਸੀਂ ਦੇਖਿਆ ਵੀ ਹੁਣ ਰਿਪੋਰਟ ਵੀ ਕੀਤੀਆਂ ਹੋਣੀਆਂ ਕਿ ਜਿਹੜਾ ਬਹੁਤ ਸਾਰੇ ਪੁਲਿਸ ਵਾਲੇ ਲੋਕ ਐਦਾਂ ਦੇ ਹੈਗੇ ਆ ਜਿਨ੍ਹਾਂ ਨੇ ਜ਼ਮੀਨਾਂ ਤੇ ਕਬਜ਼ੇ ਕਰਨ ਚ ਕਬਜ਼ੇਕਰੋਂ ਚ ਭ੍ਰਿਸ਼ਟਾਚਾਰ ਦੇ ਕੇਸਾਂ ਚ ਇਨਵੋਲਵ ਹੋਣਗੇ ਜਦੋਂ ਐਦਾਂ ਦੀ ਪੁਲਿਸ ਜਿਹੜੀ ਹੈਗੀ ਅਫਸਰਸ਼ਾਹੀ ਹੋਏਗੀ ਤਾਂ ਉਹਨੂੰ ਕਿੱਦਾਂ ਦੀ ਤਵਕਕ ਕੀਤੀ ਜਾ ਸਕਦੀ ਹੈ ਸਿੱਧੂ ਸਾਹਿਬ ਤੁਸੀਂ ਪਹਿਲੋ ਇਹ ਗੱਲ ਕਹੀ ਚੰਗੀ ਗੱਲ ਆ ਵੀ ਹਰੇਕ ਪਾ ਦੇ ਚੰਗੇ ਬੰਦੇ ਵੀ ਹੁੰਦੇ ਆ ਪੰਜਾਬ ਪੁਲਿਸ 'ਚ ਵੀ ਚੰਗੇ ਬੰਦੇ ਨੇ ਓਕੇ ਪਰ ਜਦੋਂ ਦਾ ਮੈਂ ਪੰਜਾਬ ਪੁਲਿਸ ਦੇਖ ਰਿਹਾ ਇਹ ਕਾਮ ਚਰਚਾ ਹੈ ਚੰਡੀਗੜ੍ਹ ਪੁਲਿਸ ਵੀ ਮੈਂ ਦੇਖਦਾ ਵੀ ਇੱਕ ਐਸ ਐਚਓ ਜਿਹੜਾ ਹੈ ਉਹਨੂੰ ਸ਼ਰਾਬ ਦੇ ਠੇਕੇ ਤੋਂ ਉਹਨੂੰ ਆ ਜਿਹੜੀਆਂ ਇਮੀਗ੍ਰੇਸ਼ਨ ਕੰਪਨੀਆਂ ਨੇ ਜਿਹੜੇ ਏਜੰਟ ਚੰਗੇ ਵੀ ਨੇ ਮਾੜੇ ਨੇ ਲੁੱਟਦੇ ਉਹਨਾਂ ਤੋਂ ਠੀਕ ਦੇ ਵਪਾਰ ਦੇ ਜਿਹੜੇ ਅੱਡੇ ਨੇ ਉਹਨਾਂ ਤੋਂ ਜਿਹੜੇ ਨਜਾਇਜ਼ ਕਬਜ਼ੇ ਕਰਤੇ ਨੇ ਮੈਂ ਕੋਠੀਆਂ ਵਾਲੀ ਗੱਲ ਤੇ ਚਲੋ ਹੈ ਹੀ ਹੈ ਹੋ ਸਕਦਾ ਜਿਹੜੇ ਜਰਨਲ ਰੇਡੀਆਂ ਵਾਲੇ ਨਜਾਇਜ਼ ਕਬਜ਼ੇ ਕਰਦੇ ਨੇ ਜਿਹੜੇ ਥਾਣੇ ਦੇ ਅੰਡਰ ਹੋਟਲ ਆਉਂਦੇ ਨੇ ਉਥੋਂ ਮਹੀਨਾ ਵਸੂਲੀ ਹੁੰਦੀ ਹੈ ਕੁਝ ਹੋ ਸਕਦੇ ਨਾਂ ਲੈਂਦੇ ਹੋਣ ਓਕੇ ਇਹ ਜਿਹੜੇ ਜਿਹੜੀਆਂ ਮੈਂ ਨਾਂ ਲੈ ਡਰੱਗ ਮਾਫੀਆ ਤੋਂ ਲੈਂਦੇ ਨੇ ਜਦੋਂ ਇੱਕ ਐਸਐਚਓ ਕੋਲ ਹਰ ਮਹੀਨੇ ਮਹੀਨਾ ਵੱਜਾ ਹੋਊਗਾ ਤੁਸੀਂ ਦੱਸੋ ਵੀ ਉਹ ਕੀ ਆ ਇਮਾਨਦਾਰੀ ਨਾਲ ਇੱਕ ਕੰਪਲੇਨੈਂਟ ਦੀ ਕੰਪਲੇਨਟ ਜਿਹੜੀ ਪੂਰੀ ਕਰੂਗਾ ਫਾਰ ਐਗਜ਼ਾਮਪਲ ਜੀ ਸਮਾਂ ਹੋਏਗਾ ਫਾਰ ਐਗਜ਼ਾਮਪਲ ਅਬੋਹਰ ਵਾਲਾ ਕਾਰਡ ਆ ਸ਼ਰਾਬ ਦੇ ਠੇਕੇਦਾਰਾਂ ਨਾਲ ਲੜਾਈ ਸੀ ਠੀਕ ਹੈ ਜੀ ਜੇ ਸ਼ਰਾਬ ਦੇ ਠੇਕੇਦਾਰ ਦਾ ਐਸ ਐਚਓ ਗੁਲਾਮ ਹੀ ਹੋਊਗਾ ਹੈ ਉਹਦੇ ਪੱਠੇ ਖਾਂਦਾ ਹੋਊਗਾ ਉਹ ਇਨਸਾਫ ਕਿੱਥੋਂ ਦੇਊਗਾ ਯੈਸ ਇਸ ਤੋਂ ਵੀ ਅਗਲੀ ਗੱਲ ਮੈਂ ਤੁਹਾਨੂੰ ਦੱਸਦਾ ਨਾਲ ਹੀ ਜੋੜਦਾ ਉਸ ਗੱਲ ਨੂੰ ਆਪਾਂ ਸਾਰੇ ਡਿਸਕਸ ਨਹੀਂ ਕਰ ਰਹੇ ਅਸੀਂ ਕਹਿੰਦੇ ਡਰੱਗ ਹੈ ਡਰੱਗ ਹੈ ਡਰੱਗ ਦਾ ਜਿਹੜਾ ਸਾਈਡ ਇਫੈਕਟ ਪੈ ਰਿਹਾ ਅੱਜ ਸਾਡੇ ਸ਼ਹਿਰਾਂ ਚ ਪਿੰਡਾਂ ਦੀ ਸਾਡੀ ਧੀ ਭੈਣ ਚੰਗਾ ਭਲਾ ਬੰਦਾ ਵੀ ਗਲੀ ਚ ਵੀ ਸੁਰੱਖਿਅਤ ਨਹੀਂ ਗਾ ਡਰੱਗ ਨਾਲ ਨਸ਼ੇੜੀ ਬਣ ਗਏ ਨਸ਼ੇੜੀ ਕਰਨ ਤੋਂ ਬਾਅਦ ਸਟਰੀਟ ਕਰਾਈ ਚੰਡੀਗੜ੍ਹ ਚ ਵੀ ਆਪਾਂ ਭੋਗ ਰਹੇ ਆ ਸਨੇਚਿੰਗ ਛੋਟੀ ਮੋਟੀ ਚੋਰੀ ਜਨਾਨੀ ਜਾ ਰਹੀ ਹੈ ਉਹਦੀ ਵਾਲੀ ਲਾੜਾਣੀ ਇਸ ਜਿਹੜਾ ਸਟਰੀਟ ਕ੍ਰਾਈਮ ਹੈ ਇਹ ਪੰਜਾਬ ਪੁਲਿਸ ਖਾਈ ਜਾ ਰਹੀ ਹੈ ਕੋਈ 5 10% ਐਫ ਆਈ ਆਰ ਦਰਜ ਹੁੰਦੇ ਹੋਣਗੇ ਓਕੇ ਬਾਕੀ ਕਿਤੇ ਰਿਕਾਰਡ ਚ ਨਹੀਂ ਆਉਂਦਾ ਰਿਕਾਰਡ ਜੇ ਆਊਗਾ ਤੇ ਐਸ ਐਚਓ ਦੀ ਟਰਾਂਸਫਰ ਹੋਊਗੀ ਹਰ ਮਹੀਨੇ ਉਹਨਾਂ ਦਾ ਲੇਖਾ ਜੋਖਾ ਹੁੰਦਾ ਕਿ ਇਸ ਥਾਣੇ 'ਚ ਕਿੰਨਾ ਕ੍ਰਾਈਮ ਹੋਇਆ ਜਦੋਂ ਐਸ ਐਚਓ ਹੋਊਗਾ ਮੇਰੇ ਤਾਂ ਕੋਈ ਕ੍ਰਾਈਮ ਹੋਇਆ ਹੀ ਨਹੀਂਗਾ ਸੋ ਇਹ ਗੱਲਾਂ ਲੁਕਾ ਕੇ ਇੱਕ ਤੇ ਕ੍ਰਿਮੀਨਲ ਬੰਦੇ ਨੂੰ ਉਹ ਪਰਦਾ ਪਾਉਂਦੇ ਨੇ ਦੂਜੀ ਆਪਣੀ ਕੁਰਸੀ ਬਚਾਉਂਦੇ ਨੇ ਪਰ ਆਮ ਬੰਦਾ ਜਿਹੜਾ ਆ ਘਰੋਂ ਨਿਕਲਣ ਤੋਂ ਔਖਾ ਦੁਬਾਰੋਗਾ ਤਲੋਸਨ ਜੀ ਤੁਸੀਂ ਮੈਂ ਕਿਉਂਕਿ ਚੰਡੀਗੜ੍ਹ ਦਾ ਆਲਾ ਦੋਲਾ ਸਾਰਾ ਹੋਰ ਬਰੀਕੀ ਦੇ ਨਾਲ ਦੇਖਦੇ ਵੀ ਹਾਂ ਕਬਰ ਵੀ ਕਰਦੇ ਹਾਂ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਜਿਹੜੀਆਂ ਚੰਡੀਗੜ੍ਹ ਦੇ ਆਲੇ ਦੋਲੇ ਦੀਆਂ ਜ਼ਮੀਨਾਂ ਆ ਉਹ ਸੋਨੇ ਦੀ ਖਾਂ ਜਿਹੜੀਆਂ ਮੰਨੀਆਂ ਜਾਂਦੀਆਂ ਹੁਣ ਤਾਂ ਫੇਰ ਕੁਝ ਰੇਟ ਘਟੋਗੇ ਪਿਛਲੇ ਸਮੇਂ ਚ ਬਹੁਤ ਜ਼ਿਆਦਾ ਕਰੋੜਾਂ ਦੀਆਂ ਪ੍ਰਾਪਰਟੀ ਰੀਅਲ ਬਿਲਕੁਲ ਠੀਕ ਉਹਦੇ ਤੇ ਬਹੁਤੇ ਜਿਹੜੇ ਕਬਜ਼ੇ ਹੈਗੇ ਆ ਉਹ ਇਦਾਂ ਦੇ ਪੁਲਿਸ ਅਧਿਕਾਰੀਆਂ ਦੇ ਜਾਂ ਇਦਾਂ ਦੇ ਲੋਕਾਂ ਦੇ ਰਹੇ ਜਾਂ ਉਹਨਾਂ ਦੀ ਮਿਲੀ ਭੁਗਤ ਨਾਲ ਰਹੇ ਸਰ ਸਾਬ ਤੁਸੀਂ ਆਪਣੇ ਸਮੇਂ ਚ ਤੁਸੀਂ ਵੀ ਬੜਾ ਲਿਖਿਆ ਯਾਰ ਆਪਾਂ ਸਾਰੇ ਲਿਖਦੇ ਆਏ ਆ ਜਿਹੜੇ ਆਲੇ ਦੁਆਲੇ ਉਹਨੂੰ ਕਬਜ਼ੇ ਕਹਿ ਲਿਏ ਉਹਨੂੰ ਘੱਟ ਰੇਟ ਤੇ ਖਰੀਦਿਆ ਕਹਿ ਲਿਏ ਉਹਨੂੰ ਕਿਸੇ ਢੰਗ ਨਾਲ ਗਲਤ ਮੋਟਾ ਅਪਰੂਵ ਕਰ ਲਿਆ ਹੋਵੇ ਉਹਦੇ ਚ ਮੋਸਟਲੀ ਜਿਹੜੇ ਨੇ ਸੀਨੀਅਰ ਸਿਵਲ ਅਫਸਰ ਸੀਨੀਅਰ ਪੁਲਿਸ ਅਫਸਰ ਤੇ ਕੁਝ ਹੋਰ ਪੋਲੀਟੀਕਲ ਲੀਡਰ ਇਹਨਾਂ ਲੋਕਾਂ ਨੇ ਜੰਡੀਗੜ੍ਹ ਦਾ ਹਾਲਾ ਦਵਾਲਾ ਸਾਰਾ ਇਹਨਾਂ ਦੇ ਕਬਜ਼ੇ ਉਹ ਕਿ ਅਸੀਂ ਲਾਲਪਰਾ ਸਾਹਿਬ ਲਾਲਪਰਾ ਸਾਹਿਬ ਤੁਹਾਡਾ ਵੀ ਇੱਕ ਬੀਂਗ ਪੁਲਿਸ ਅਫਸਰ ਵੀ ਪੜਾਇਆ ਇੱਕ ਤਜਰਬਾ ਰਿਹਾ ਜਿਹੜੀ ਗੱਲ ਮੈਂ ਤਲੋਸਿੰਧ ਜੀ ਨਾਲ ਸ਼ੇਅਰ ਕੀਤੀ ਹੈ ਵੱਖਰੇ ਐਂਗਲ ਤੋਂ ਵੀ ਜਦੋਂ ਗੱਲ ਕਰਦੇ ਆਪਾਂ ਜ਼ਮੀਨਾਂ ਦੇ ਕਬਜ਼ਿਆਂ ਦੀ ਪ੍ਰਸ਼ਾਚਾਰ ਦੀ ਇਦਾਂ ਦੇ ਇਮੋਰਲ ਜਿਹੜੇ ਕਮਾਉਣਾ ਚ ਇਨਵੋਲ ਹੋਣ ਦੀ ਤਾਂ ਉਹਦਾ ਦੀ ਪੁਲਿਸ ਬਾਰੇ ਤੁਸੀਂ ਕੀ ਕਮੈਂਟ ਕਰੋਗੇ ਮੈਂ ਸਿਰਫ ਇੰਨਾ ਜੋ ਬਾਕੀ ਜੋ ਇਹਨਾਂ ਨੇ ਕਿਹਾ ਨਾ ਉਹਦੇ ਚ ਗੱਲ ਇੰਨੀ ਕਰਾਂਗਾ ਕਿ ਕੋਈ ਵੀ ਕ੍ਰਾਈਮ ਜਿਹੜਾ ਹੋ ਰਿਹਾ ਉਹ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ ਜੀ ਇਹ ਪੁਲਿਸ ਦੀ ਨਲਾਕੀ ਤੋਂ ਬਿਨਾਂ ਨਹੀਂ ਹੋ ਸਕਦਾ ਜੇ ਨਲਾਕ ਹੈ ਤਾਂ ਵੀ ਨਹੀਂ ਚਾਹੀਦੀ ਸਾਨੂੰ ਇਹ ਪੁਲਿਸ ਹਾਂਜੀ ਜੇ ਇਹ ਕ੍ਰਿਮੀਨਲ ਆਪ ਕ੍ਰਾਈਮ ਕਰਾਉਂਦੀ ਹੈ ਫਿਰ ਤਾਂ ਇਹ ਆਪ ਕ੍ਰਿਮੀਨਲ ਹੈ ਜਸਟਿਸ ਏ ਐਨ ਮੁਲਾ ਹੋਇਆ ਹੈ ਇਲਾਹਾਬਾਦ ਹਾਈ ਕੋਰਟ ਦੇ ਉਹਨਾਂ ਨੇ ਕਮੈਂਟ ਪਾਸ ਕੀਤਾ ਸੀ 1960 ਦੇ ਦਹਾਕੇ ਦੇ ਵਿੱਚ ਕਿ ਇਹ ਜਿਹੜੀ ਪੁਲਿਸ ਹੈ ਸਾਡੀ ਇਹ ਕ੍ਰਿਮੀਨਲ ਹੈਗੀ ਆ ਇਨ ਯੂਨੀਫਾਰਮ ਆਪ ਕ੍ਰਿਮੀਨਲ ਹੈਗੀ ਆ ਮੈਂ ਸਮਝਣਾ ਉਸ ਤੋਂ ਬਾਅਦ ਅਸੀਂ ਕੋਈ ਉਦਮ ਨਹੀਂ ਕੀਤਾ ਸੁਧਾਰਨ ਦਾ ਸਤ ਲੋਚਨ ਸਿੰਘ ਗੱਲ ਕਰ ਰਿਹਾ ਸੀ ਥਾਣੇਦਾਰ ਦੀ ਮੈਂ ਕਹਿੰਨਾ ਇਹ ਕੰਮ ਹੀ ਸੀਨੀਅਰ ਅਫਸਰ ਕਰਾਉਂਦੇ ਹੂੰ ਇਹ ਤਾਂ ਜਿਹੜਾ ਕੰਮ ਹੈ ਇਹ ਤਾਂ ਸੀਨੀਅਰ ਅਫਸਰ ਕਰਾਉਂਦੇ ਆ ਛੋਟਾ ਲੈਵਲ ਨਹੀਂ ਹੁੰਦਾ ਇਹ ਸਾਰੇ ਸੀਨੀਅਰ ਅਫਸਰਾਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਔਰ ਉਹ ਸਾਰੇ ਇਹਨਾਂ ਤੋਂ ਮਹੀਨਾ ਲੈਂਦੇ ਆ ਜੇਕਰ ਉਹ ਜੇ ਉਹ ਨਾ ਚਾਉਣ ਵੀ ਅਸੀਂ ਨਹੀਂ ਕਰਨਾ ਤੇ ਕੋਈ ਹੋ ਨਹੀਂ ਸਕਦਾ ਇਹ ਜਿਹੜਾ ਐਸਐਚਓ ਦਾ ਕੁਝ ਵੀ ਨਹੀਂ ਹੈਗਾ ਜੀ ਜੀ ਐਸਐਚਓ ਕੁਝ ਨਹੀਂ ਹੈਗਾ ਜਿੱਥੇ ਕੋਈ ਚੰਗਾ ਐਸਐਸਪੀ ਹੈ ਜਾਂ ਡੀਸੀ ਹੈ ਜਿਵੇਂ ਸਿੱਧੂ ਸਾਹਿਬ ਨੇ ਦੱਸਿਆ ਉਹ ਜ਼ਰੂਰ ਮਿਲ ਕੇ ਲਤ ਲਾਉਂਦੇ ਆ ਔਰ ਇੱਕ ਦੂਜੇ ਦੀ ਬਾਹ ਫੜਦੇ ਆ ਕੋਸ਼ਿਸ਼ ਕਰਦੇ ਆ ਕਿ ਸੀਐਮ ਸਾਹਿਬ ਨੂੰ ਕਨਵਿੰਸ ਕਰੀਏ ਪਰ ਉਹ ਗੱਲ ਕਹਿ ਹੀ ਸਕਦੇ ਆ ਅੱਗੇ ਸੀਐਮ ਸਾਹਿਬ ਦੀ ਮਰਜ਼ੀ ਆ ਮੰਨਣ ਨਾ ਮੰਨਣ ਇਹ ਵੱਖਰੀ ਗੱਲ ਹੈ ਸੋ ਇਹ ਸਿਸਟਮ ਜਿਹੜਾ ਨਾ ਇਹ ਟੋਟਲੀ ਕੋਲਾਪਸ ਕਰ ਚੁੱਕਾ ਹੈ ਇਹਨੂੰ ਰੀਬਿਲਡ ਕਰਨ ਲਈ ਆਪਾਂ ਇਹਨੇ ਸੋਚੀਏ ਕਿ ਉੱਥੋਂ ਠੀਕ ਹੋ ਜਾਏਗਾ ਮੈਂ ਤੁਹਾਨੂੰ ਇੱਕ ਨਾਂ ਨਹੀਂ ਲਵਾਵਾਂਗਾ ਇੱਕ ਬੈਂਕ ਲੁੱਟਿਆ ਗਿਆ ਅੰਮ੍ਰਿਤਸਰ ਜੀ ਔਰ ਉਸ ਬੈਂਕ ਦੇ ਪੰਜ ਜਿਹੜੇ ਅਪਰਾਧੀ ਉਹ ਫੜੇ ਗਏ ਪੁਲਿਸ ਨੇ ਲੋਕਾਂ ਨੂੰ ਜਿਨ੍ਹਾਂ ਦਾ ਮਾਲ ਚੋਰੀ ਹੋਇਆ ਸੀ ਵਿੱਚੇ ਸਾਰੇ ਜਿਹੜੇ ਆ ਉਹਨਾਂ ਦੇ ਸੋਨਾ ਵਗੈਰਾ ਰੱਖਿਆ ਹੋਇਆ ਸੀ ਸਾਰੇ ਲੋਕਰਸ ਵਗੈਰਾ ਉਹਨਾਂ ਨਾਲ ਸੰਪਰਕ ਕੀਤਾ ਉਹ ਗੱਲਾਂ ਚੱਲਦੀਆਂ ਸੀ ਉਹ ਪੰਜੇ ਬੰਦੇ ਮਰ ਗਏ ਪਿੱਛੋਂ ਇਹਨੂੰ ਪੁਲਿਸ ਐਨਕਾਊਂਟਰ ਹੋ ਗਿਆ ਉਹ ਸ਼ੱਕੀ ਲੋਕਾਂ ਨੇ ਗੱਲਾਂ ਕੀਤੀਆਂ ਲੇਕਿਨ ਅੱਜ ਤਾਈਂ ਉਹ ਸੋਨਾ ਚਾਂਦੀ ਕਿੱਥੇ ਗਿਆ ਹਾਂਜੀ ਉਹ ਕਿਹੜਾ ਅਫਸਰ ਖਾ ਗਿਆ ਉਹ ਕਿੱਥੇ ਕਿਸੇ ਨੇ ਕੋਈ ਕੋਈ ਕਿਸੇ ਦੀ ਕਿਸੇ ਦੀ ਜਵਾਬਦੇਹੀ ਨਹੀਂ ਸਿੱਧੂ ਸਾਹਿਬ ਜਦੋਂ ਇਹਨਾਂ ਦਾ ਜ਼ਿਕਰ ਹੈਗਾ ਕਿ ਵੀ ਜਿਹੜੀ ਪੁਲਿਸ ਕਿਸ ਤਰ੍ਹਾਂ ਦੇ ਜਿਹੜੇ ਐਕਟ ਕਰਦੀ ਹੈ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਰਿਸਪੌਂਸਿਬਿਲਟੀ ਇਹਨਾਂ ਨੇ ਚਰਚਾ 'ਚ ਲੈ ਕੇ ਆਇਆ ਲੇਟਨੈਂਟ ਉਸ ਜੀ ਨੇ ਵੀ ਇਹ ਕਿਸ਼ੂਰੇਜ਼ ਕੀਤਾ ਉਹ ਹੈਗਾ ਡਰੱਗਸ ਦਾ ਕਿ ਪੰਜਾਬ ਦੇ ਅੰਦਰ ਬਹੁਤ ਵੱਡਾ ਇਸ਼ੂ ਹੈ ਅਸੀਂ ਡਰਗ ਦੇ ਮੁੱਦੇ ਤੇ ਸਿੱਧੇ ਤੌਰ ਤੇ ਗੱਲ ਨਹੀਂ ਕਰ ਰਹੇ ਅਸੀਂ ਗੱਲ ਕਰ ਰਹੇ ਹਾਂ ਕਿ ਪੁਲਿਸ ਦੀ ਉਹਦੇ ਚ ਕਿੰਨੀ ਕਾਉਂਟੇਬਿਲਟੀ ਹੈ ਕਿਉਂਕਿ ਇੱਕ ਫਿਗਰਜ਼ ਇਹ ਹੈ ਕਿ ਪੰਜਾਬ ਚ ਇਸ ਵੇਲੇ ਵੀ 17 ਸਾਲ ਦੀ ਉਮਰ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਤਕਰੀਬਨ 76% ਦੀ ਨੌਜਵਾਨ ਹੈ ਜਿਹੜਾ ਡਰਗਸ ਦੇ ਮਾਮਲਿਆਂ ਦੇ ਵਿੱਚ ਖਾਨ ਦੇ ਵਿੱਚ ਤੇ ਹੋਰ ਲੈਂਡ ਦੇ ਵਿੱਚ ਇਨਵੋਲਵ ਹੈਗਾ ਇਹਦੇ ਚ ਪੁਲਿਸ ਦੀ ਭੂਮਿਕਾ ਬਾਰੇ ਤੁਹਾਡਾ ਕੀ ਕਮੈਂਟ ਹੈ ਪਰ ਪੁਲਿਸ ਨੂੰ ਬਿਲਕੁਲ ਤੁਸੀਂ ਫੋਕਸ ਕੀਤਾ ਔਰ ਸਾਨੂੰ ਸਭ ਨੂੰ ਪੁਲਿਸ ਦੀ ਗੱਲ ਕਰਨੀ ਚਾਹੀਦੀ ਹੈ ਪਰ ਮੈਂ ਇਸ ਨੂੰ ਸਿਵਲ ਐਡਮਿਨਿਸਟ੍ਰੇਸ਼ਨ ਦੇ ਗੈਂਬਟ ਚ ਲਈ ਜੀ 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 ਤੁਹਾਡਾ ਆਪਣਾ ਤਜਰਬਾ ਵੀ ਹੈ ਜੀ ਕਿਉਂਕਿ ਹੁਣ ਜਿਹੜੀਆਂ ਗੱਲਾਂ ਅਸੀਂ ਮੰਗਦੇ ਆ ਮੇਬੀ ਆਮ ਸਾਊਂਡਿੰਗ ਅ ਲिटल ਪੈਸੀਮਿਸਟਿਕ ਇੱਕ ਕਟਿਆ ਦੇ ਘਰੋਂ ਲੱਸੀ ਪਾਲਣ ਵਾਲੀ ਗੱਲ ਹੈ ਹਮ ਕਿਉਂਕਿ ਗਵਰਨੈਂਸ ਤੇ ਲਾਅ ਐਂਡ ਆਰਡਰ ਮੇਨਟੇਨੈਂਸ ਜਿਹੜਾ ਮੇਨ ਸੀ ਸਾਡਾ ਫਰਜ਼ ਹਮ ਸਾਨੂੰ ਐਕਟ ਵੱਲੋਂ ਕਾਨੂੰਨ ਵੱਲੋਂ ਤੇ ਲੋਕਾਂ ਵੱਲੋਂ ਸਰਕਾਰਾਂ ਵੱਲੋਂ ਦਿੱਤਾ ਗਿਆ ਉਹ ਗਵਰਨੈਂਸ ਤੇ ਲਾਅ ਐਂਡ ਆਰਡਰ ਦੀ ਥਾਂ ਤੇ ਤਾਂ ਹੁਣ ਵੀ ਆਈਪੀ ਕਲਚਰ ਨੂੰ ਮੇਨਟੇਨ ਕਰਨਾ ਲਾਅ ਐਂਡ ਆਰਡਰ ਨੂੰ ਨਹੀਂ ਮੇਨਟੇਨ ਕਰਨਾ ਵੀ ਆਈਪੀ ਕਲਚਰ ਨੂੰ ਮੇਨਟੇਨ ਕਰਨਾ ਯੈਸ ਸਰ ਦਿਨ ਤੇ ਰਾਤ ਕੋ ਰਾਤ ਤੇ ਦਿਨ ਕੋ ਉਸ ਲੈਵਲ ਤੱਕ ਜਿਹੜੀ ਸਾਡੀ ਡੀਜਨਰੇਸ਼ਨ ਹੋ ਗਈ ਹੈ ਉਸ ਦਾ ਇੱਕੋ ਹੀ ਇੱਕ ਹੈ ਕਿ ਕਮਿਟਿਡ ਸਰਵਿਸਸ ਤੋਂ ਇਹ ਡੋਮੈਸਟਿਕੇਟਿਡ ਸਰਵਿਸਸ ਬਣ ਗਈਆਂ ਓਕੇ ਤੇ ਇਹਦੇ ਚ ਹੁਣ ਕਤਾਈਆਂ ਅੱਗੇ ਗਿਣੀ ਚੱਲੋ ਜਿਸ ਦੀਆਂ ਗਿਣਣੀਆਂ ਜਿੰਨੀਆਂ ਗੈਣੀਆਂ ਉਹ ਤੁਹਾਡੇ ਸਾਹਮਣੇ ਹੈ ਵੀ ਅਸੀਂ ਤੇ ਝੰਡੇ ਡੰਡੇ ਲਾਉਣ ਤੇ ਰੱਖੇ ਆ ਹੂੰ ਹੂੰ ਸਿਵਲ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਤਾਂ ਓਕੇ ਝੰਡੇ ਡੰਡੇ ਲਾਉਣਾ ਜੀ ਜੀ ਥੈਂਕ ਯੂ ਵੈਰੀ ਮਚ ਰੈਲੀਆਂ ਲਈ ਇਕੱਠ ਕਰਨਾ ਓਕੇ ਓਕੇ ਥੈਂਕ ਯੂ ਵੈਰੀ ਮਚ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਪੁਲਿਸ ਦੀ ਪਰਫਾਰਮੈਂਸ ਦੇ ਉੱਤੇ ਔਰ ਖਾਸ ਕਰਕੇ ਜਦੋਂ ਆਪਾਂ ਗੱਲ ਕਰਦੇ ਆਂ ਕਿ ਪਿਛਲੇ ਦਿਨਾਂ ਦੇ ਅੰਦਰ ਜਿਹੜੇ ਗੰਭੀਰ ਸਵਾਲ ਉੱਠ ਰਹੇ ਐ ਉਹਦੇ ਤੇ ਦੋ ਪੜਾਵੀ ਚਰਚਾ ਕਰ ਰਹੇ ਆਂ ਪਹਿਲੇ ਪੜਾਵੀ ਚਰਚਾ 'ਚ ਸ਼ਾਮਲ ਹੋਣ ਦੇ ਲਈ ਮੈਂ ਆਪਣੇ ਤਿੰਨੇ ਮਹਿਮਾਨਾਂ ਸਿੱਧੂ ਸਾਹੋ ਲਾਲ ਪ੍ਰਸਾ ਤੁਲੂਜਨ ਜੀ ਤਿੰਨੇ ਮਹਿਮਾਨਾਂ ਦਾ ਧੰਨਵਾਦ ਕਰਦਾ ਔਰ ਇਸ ਦੇ ਨਾਲ ਹੀ ਸਾਡੇ ਦਰਸ਼ਕਾਂ ਲਈ ਵੀ ਸੁਨੇਹਾ ਹੈ ਕਿ ਇਸ ਨਾਜ਼ੁਕ ਮੁੱਦੇ ਤੇ ਅਸੀਂ ਦੂਜੇ ਪੜਾਵੀ ਚਰਚਾ ਵੀ ਲੈ ਰਹੇ ਆਂ ਤੁਸੀਂ ਦੂਜੇ ਪੜਾਵੀ ਚਰਚਾ ਦੇਖਣਾ ਵੀ ਨਾ ਭੁੱਲਣਾ